ਮੋਗਾ ਦੇ ਬਲਾਕ ਅਜੀਤਵਾਲ ਦੇ ਕਾਂਗਰਸ ਪ੍ਰਧਾਨ ਤੇ ਪਿੰਡ ਡਾਲਾ ਦੇ ਨੰਬਰਦਾਰ ਬਲਜੀਤ ਸਿੰਘ ਬੱਲੀ ਡਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਇਸ ਸੰਬੰਧੀ ਵੱਡੀ ਅਪਡੇਟ ਸਾਹਮਣੇ ਆਈ ਹੈ। ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਗੈਂਗਸਟਰ ਅਰਸ਼ ਡਾਲਾ ਨੇ ਫੇਸਬੁੱਕ ਤੇ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਗੰਭੀਰ ਇਲਜ਼ਾਮ ਲਗਾਏ ਗਏ ਹਨ। ਉਸਨੇ ਪੋਸਟ ਲਿਖਿਆ ਕਿ ਅੱਜ ਉਹ ਪਿੰਡ ਡਾਲਾ 'ਚ ਸਰਪੰਚ ਬਲਜਿੰਦਰ ਸਿੰਘ ਬੱਲੀ ਦਾ ਕਤਲ ਹੋਇਆ ਹੈ, ਮੈਂ ਕਰਵਾਇਆ ਹੈ ਕਿਉਂਕਿ ਮੈਨੂੰ ਇਸ ਰਾਹ 'ਤੇ ਤੋਰਨ ਵਾਲੇ ਮੇਰੇ ਪਿੰਡ ਦੀ ਹੀ ਸਿਆਸਤ ਸੀ। ਤਾਂ ਦੱਸ ਦਈਏ ਕਿ ਬਲਜਿੰਦਰ ਸਿੰਘ ਬੱਲੀ ਡਾਲਾ ਦਾ ਦਿਨ ਦਿਹਾੜੇ ਹਮਲਾਵਰਾਂ ਨੇ ਘਰ 'ਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਬਲਜਿੰਦਰ ਸਿੰਘ ਦੇ ਫੋਨ 'ਤੇ ਕਿਸੇ ਜਾਣਕਾਰ ਨੇ ਕਾਲ ਕੀਤੀ ਕਿ ਕਿਸੇ ਜ਼ਰੂਰੀ ਦਸਤਾਵੇਜ਼ਾਂ ਦੇ ਸ਼ਨਾਖਤੀ ਦਸਤਖਤ ਕਰਾਉਣੇ ਹਨ, ਜਿਸ ਦੇ ਤਹਿਤ ਹੀ ਹਮਲਾਵਰ ਦਸਤਖਤ ਕਰਾਉਣ ਦੇ ਬਹਾਨੇ ਨਾਲ ਮੋਟਰਸਾਈਕਲ 'ਤੇ ਪਹੁੰਚੇ ਅਤੇ ਉਸਦੇ ਘਰ ਵਿੱਚ ਦਾਖਲ ਹੋ ਕੇ ਉਸਨੂੰ ਗੋਲੀ ਮਾਰੀ। ਬਲਜਿੰਦਰ ਸਿੰਘ ਆਪਣੇ ਘਰ ਵਿੱਚ ਹੀ ਵਾਲ ਕਟਵਾ ਰਿਹਾ ਸੀ। ਇਸੇ ਦੌਰਾਨ ਹਮਲਾਵਰਾਂ ਨੇ 12 ਬੋਰ ਦੀ ਬੰਦੂਕ ਦੇ ਨਾਲ ਗੋਲੀਆਂ ਚਲਾਈਆਂ ਹਨ। ਬੱਲੀ ਜੀ ਸਾਡੇ ਬਲਾਕ ਪ੍ਰਧਾਨ ਨੇ ਨਿਆਲ ਸਿੰਘ ਵਾਲੇ ਹਲਕੇ ਤੋਂ ਜਿਤਵਾਲ ਬਲਾਕ ਦੇ ਤਕਰੀਬਨ ਆਪਦੇ ਘਰੇ ਸੀਗੇ ਅੱਜ ਅਤੇ 2-3 ਅਨਫਸ਼ਾ 'ਤੇ ਲੋਕ ਘਰੇ ਆਏ ਆ ਸਾਈਨ ਕਰਾਉਣ ਦੇ ਬਹਾਨੇ। ਉਹ ਘਰੇ ਐਂਟਰ ਹੋਏ ਆ ਵੀ ਸਾਈਨ ਕਰਾਉਣੇ ਆ ਅਤੇ ਜਿਉਂ ਸਾਈਨ ਕਰਾਇਆ ਨਾਲ ਦੀ ਨਾਲ ਉਹਨਾਂ ਨੇ ਸ਼ੂਟ ਕਰਤਾ। 2 ਗੋਲੀਆਂ ਉਹਨਾਂ ਦੇ ਦਿਸਣ ਤੱਕ ਪਤਾ ਲੱਗਿਆ ਵੀ 2 ਗੋਲੀਆਂ ਉਹਨਾਂ ਦੇ ਪੇਟ 'ਚ ਲੱਗੀਆਂ ਗਈਆਂ ਅਤੇ 1 ਉਹਨਾਂ ਦੀ ਲੱਤ 'ਚ ਲੱਗੀ ਸੀ। ਇਮੀਜੀਏਟਲੀ ਇੱਥੇ ਹੁਣ ਹੋਸਪਿਟਲ ਲਿਆਉਂਦਾ ਰਹਿੰਦਾ ਪਰ ਇੱਥੇ ਆ ਕੇ ਉਹ ਦਮ ਤੋੜ ਗਏ। ਡੈਥ ਹੋ ਗਈ? ਹਾਂਜੀ, ਡੈਥ ਹੋ ਚੁੱਕੀ ਹੈ ਉਹਨਾਂ ਦੀ। ਬਹੁਤ ਹੀ ਮਾੜਾ ਸਿਚੁਏਸ਼ਨ ਹੈ, ਲੋਅ ਐਂਡ ਆਰਡਰ ਦਾ ਬੁਰਾ ਹਾਲ ਹੈ ਵੀ ਹਰ ਇਨਸਾਨ ਅੱਗੇ ਆਪਣੇ ਘਰੇ ਸੇਫ ਹੁੰਦਾ, ਹੁਣ ਉਹ ਘਰੇ ਵੀ ਸੇਫ ਹੈ ਨਹੀਂਗਾ। ਕੀ ਕਹਿੰਦੇ ਨੇ ਕਿ ਪਰਿਵਾਰ ਮੈਂਬਰ ਕੋਈ ਗੱਲਬਾਤ ਹੋਈ ਹੈ ਮੈਂਬਰਾਂ ਨਾਲ? ਹਜੇ ਤੱਕ ਕੁਛ ਸਾਹਮਣੇ ਨਹੀਂ ਆਇਆ। ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਵੀ ਇਹ ਕੋਈ ਰੰਜਿਸ਼ ਦਾ ਮਾਮਲਾ ਹੈ ਜਾਂ ਕੋਈ ਐਕਸਟ੍ਰੈਕਸ਼ਨ ਟਾਈਪ ਸੀਨ ਹੈਗਾ। ਕੁਛ ਪੜਤਾਲ ਹੋਣ ਤੋਂ ਬਾਅਦ ਹੀ ਪਤਾ ਲੱਗ ਪਾਊਗਾ। ਇਹ ਬਲਜਿੰਦਰ ਸਿੰਘ ਬੱਲੀ ਡਾਲਾ ਪਿੰਡ ਦੇ ਨੰਬਰਦਾਰ ਹੈਗੇ ਆ ਅਤੇ ਅੱਜ ਕੋਈ 5:26 'ਤੇ 2 ਨੌਜਵਾਨ ਅਣਪਛਾਤੇ ਆਏ ਆ ਜਿਹੜੇ ਮੋਟਰਸਾਈਕਲ 'ਤੇ ਸੀਗੇ ਅਤੇ ਆਉਂਦਿਆਂ ਨੇ ਜਿਹੜੇ ਇਹਨਾਂ 'ਤੇ ਜਿਹੜੇ ਫਾਇਰ ਕੀਤੇ ਆ 2 ਫਾਇਰ, ਇੱਕ ਇਹਨਾਂ ਦੇ ਫਾਇਰ ਲੱਗਣ ਨਾਲ ਜ਼ਖਮੀ ਹੋਏ ਆ ਅਤੇ ਉਸ ਤੋਂ ਬਾਅਦ ਹਸਪਤਾਲ ਲਿਆਂਦੇ ਗਏ ਜਿੱਥੇ ਉਹਨਾਂ ਦੀ ਮੌਤ ਹੋਈ ਆ ਅਤੇ ਇਹਨਾਂ ਦੇ ਖਿਲਾਫ਼ ਕਾਰਵਾਈ ਕਰ ਰਹੇ ਹਾਂ। ਨਹੀਂ, ਹੁਣ ਉਹ ਅੱਗੇ ਤਫਤੀਸ਼ ਦੇ ਵਿੱਚ ਪਤਾ ਲੱਗੂਗਾ ਸਾਰੇ ਬਿਆਨ ਲਿਖਣ ਤੋਂ ਬਾਅਦ। ਹਲੇ ਪਤਾ ਨਹੀਂ ਲੱਗਿਆ, ਹੁਣ ਜਿਹੜਾ ਬਿਆਨ ਲਿਖ ਕੇ ਉਦੋਂ ਬਾਅਦ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਮੋਗਾ ਤੋਂ ਬਿੱਟੂ ਪੂਰਬਾ ਦੀ ਰਿਪੋਰਟ, ਪੰਜਾਬ ਟੂਡੇ।